ਸਾਡਾ ਇੱਕ ਪ੍ਰੋਗਰਾਮ SKM ਨੋਨ ਪੋਲੀਟੀਕਲ ਵੱਲੋਂ ਚੱਲ ਰਿਹਾ ਹੈ। ਧਰਨਿਆਂ ਨੂੰ ਲੈ ਕੇ ਜਿਹੜਾ ਅੰਦੋਲਨ ਸਾਡਾ ਚੱਲ ਰਿਹਾ, ਉਸ ਅੰਦੋਲਨ ਦੀ ਮਜ਼ਬੂਤੀ ਦੇ ਲਈ ਉਹ ਤੋਂ ਅੱਗੇ ਜਾ ਕੇ BKU ਏਕਤਾ ਸਿੱਧੂਪੁਰ ਨੇ ਇੱਕ ਬਕਾਇਦਾ ਮਤਲਬ ਮੁਹਿੰਮ ਚਲਾਈ ਹੋਈ ਹੈ ਕਿ ਅਸੀਂ ਹਰੇਕ ਜ਼ਿਲ੍ਹੇ ਦੀ ਪਿੰਡ ਇਕਾਈਆਂ ਨੂੰ ਸੱਦ ਕੇ ਵਧਵੀਂ ਮੀਟਿੰਗ ਕਰਕੇ ਹਰ ਇੱਕ ਪਿੰਡ ਤੱਕ ਇਹ ਸੁਨੇਹਾ ਪਹੁੰਚਾਉਣ ਦਾ ਸਾਡੀ ਕੋਸ਼ਿਸ਼ ਹੈ। ਸਿੰਚਾਈ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਕੱਲ੍ਹ ਹਾਲਾਤਾਂ ਦੇ ਝੁਣ ਅੰਦੋਲਨ ਇਸ ਵੇਲੇ ਕਿਹੜੇ ਹਾਲਾਤਾਂ 'ਚ ਇਹ ਕਿਸਾਨਾਂ ਤੱਕ ਗੱਲ ਜਾਣੀ ਬਹੁਤ ਜ਼ਰੂਰੀ ਹੈ। ਨਾਲ ਅਗਲੀ ਗੱਲ ਇਹ ਆ ਕਿ ਬਹੁਤ ਸਾਰੇ ਭਰਮ ਨੇ ਲੋਕਾਂ ਦੇ ਵਿੱਚ ਕਿ ਲਓ ਜੀ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ, ਹੁਣ ਕੀ ਬੈਠਣ ਦਾ ਫਾਇਦਾ। ਮੈਂ ਸਮਝਦਾ ਕਿ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਅੰਦੋਲਨ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਹੈ ਕਿ ਕੋਡ ਆਫ ਕੰਡਕਟ ਦੇ ਚੱਲਦਿਆਂ ਕਿਸਾਨਾਂ ਦਾ ਅੰਦੋਲਨ ਚੱਲਦਾ ਹੋਵੇ, ਔਰ ਇਹ ਕੋਡ ਆਫ ਕੰਡਕਟ ਦੇ ਦੌਰਾਨ ਹੀ ਕਿਸਾਨ ਪੋਲੀਟੀਕਲ ਧਿਰਾਂ ਦੇ ਏਜੰਡੇ 'ਤੇ ਆ ਸਕਦੇ ਨੇ। ਇਸ ਸਮੇਂ ਇੱਕ ਸਮਾਂ ਹੀ ਹੈ ਕਿ ਜਦੋਂ ਅਸੀਂ ਚਰਚਾ ਦਾ ਵਿਸ਼ਾ ਬਣ ਸਕਦਾ ਕਿਸਾਨ, ਸੋ ਇਹ ਇਕੱਲਾ ਇੰਨਾ ਨਹੀਂ ਹੈ ਕਿ ਚਰਚਾ ਦਾ ਵਿਸ਼ਾ ਜਾਂ ਏਜੰਡੇ 'ਤੇ ਆਉਣਾ। ਹੁਣ ਮੰਨ ਲਓ ਕੱਲ੍ਹ ਨੂੰ ਸਰਕਾਰ ਬਦਲੇਗੀ, ਕਿਹੜੀ ਆਉਂਦੀ ਹੈ ਇਹ ਵਾਹਿਗੁਰੂ ਜਾਣਦਾ, ਕਿਹਨੂੰ ਇਹ ਦੁਬਾਰਾ ਮਾਣ ਮਿਲਣਾ ਪਰਮਾਤਮਾ ਵੱਲੋਂ। ਲੇਕਿਨ ਜਿਹੜਾ ਵੀ ਆਏਗਾ ਉਹਦੇ ਲਈ ਕਿਸਾਨਾਂ ਦਾ ਚੱਲਦਾ ਅੰਦੋਲਨ ਉਹਨੂੰ ਸੌਖੀ ਨੀਂਦ ਨਹੀਂ ਸੌਣ ਦੇਗਾ। ਉਹਨੂੰ ਪਹਿਲਾਂ ਸੋਚਣਾ ਪਏਗਾ ਇਸ ਤਖ਼ਤ 'ਤੇ ਦੁਬਾਰਾ ਬੈਠਣ ਤੋਂ ਪਹਿਲਾਂ ਕਿ ਕਿਸਾਨਾਂ ਦਾ ਮਸਲਾ ਹੱਲ ਕੀਤੇ ਬਿਨਾਂ ਗੱਲ ਨਹੀਂ ਬਣਨੀ। ਸੋ ਇਸ ਕਰਕੇ ਇਹ ਅੰਦੋਲਨ ਆ ਜਿਹੜਾ ਇਹ ਐਜ਼ ਇਟ ਇਜ਼ ਜਾਰੀ ਆ, ਚੜ੍ਹਦੀ ਕਲਾ 'ਚ ਹੈ। ਸਾਡਾ ਪਰਪਸ ਸੀ ਇਹਨਾਂ ਮੀਟਿੰਗਾਂ ਦਾ ਕਿ ਇਹਨਾਂ ਅੰਦੋਲਨ ਨੂੰ ਦੁਬਾਰਾ ਅਸੀਂ ਪਹਿਲਾਂ ਵਾਂਗੂ ਮਜ਼ਬੂਤ ਅੰਦੋਲਨ ਕਰਨ ਦੇ ਲਈ ਕੋਸ਼ਿਸ਼ ਕਰੀਏ ਕਿ ਵੱਡੀ ਪੱਧਰ ਦੇ ਉੱਤੇ ਹਰ ਪਿੰਡ ਦੇ ਵਿੱਚੋਂ ਕੋਈ ਪਿੰਡ ਇਹੋ ਜਿਹਾ ਨਾ ਹੋਵੇ ਜਿੱਥੋਂ ਸਾਡੇ ਕਿਸਾਨਾਂ ਦੀ ਸ਼ਮੂਲੀਅਤ ਨਾ ਹੋਵੇ। ਔਰ ਨਾਲ ਸਾਡਾ ਇਹ ਵੀ ਸੀਗਾ ਕਿ ਹਾੜੀ ਦੀ ਕਟਾਈ ਦਾ ਸੀਜ਼ਨ ਆਉਣਾ, ਅਸੀਂ ਕਿਸ ਤਰੀਕੇ ਦੇ ਨਾਲ ਇੱਕ ਵਿਉਂਤਬੰਦੀ ਦੇ ਨਾਲ ਹਾੜੀ ਵੀ ਕੱਟਣੀ ਹੈ ਔਰ ਮੋਰਚਿਆਂ ਨੂੰ ਵੀ ਮਤਲਬ ਮਜ਼ਬੂਤ ਰੱਖਣਾ ਹੈ, ਉਹਦੇ 'ਤੇ ਵੀ ਇੱਥੇ ਚਰਚਾ ਹੋਈ ਹੈ ਔਰ ਲੋਕਾਂ ਦਾ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ। ਤੁਸੀਂ ਦੇਖਿਆ ਹੀ ਹੈ ਕਿੱਡੀ ਵੱਡੀ ਪੱਧਰ ਦੇ ਉੱਤੇ ਨੌਜਵਾਨ ਬਜ਼ੁਰਗ ਅੱਜ ਇਸ ਮੀਟਿੰਗ ਦੇ ਵਿੱਚ, ਇਕੱਲੇ ਇੱਕ ਬਲੋਕ ਦੀ ਮੀਟਿੰਗ ਹੈ, ਇਹਦੇ ਵਿੱਚ ਐਡੀ ਪੱਧਰ ਵੱਡੀ ਪੱਧਰ ਦੇ ਉੱਤੇ ਉਹਨਾਂ ਨੇ ਹਿੱਸਾ ਲਿਆ। ਔਰ ਨਾਲ ਇਹ ਵੀ ਗੱਲ ਹੈ ਕਿ ਵਿਉਂਤਬੰਦੀ ਨੂੰ ਲੋਕਾਂ ਨੇ ਅਡੋਪਟ ਕੀਤਾ, ਲੋਕਾਂ ਨੇ ਹੱਥ ਖੜ੍ਹੇ ਕਰਕੇ ਇਹ ਗੱਲ ਮੰਨੀ ਹੈ ਕਿ ਅਸੀਂ ਜਿਹੜੇ ਸਾਡੇ ਟਰੈਕਟਰ ਟਰਾਲੀਆਂ ਖੜ੍ਹੇ ਆ ਕੋਈ ਅਸੀਂ ਛੇੜਾਂਗੇ ਨਹੀਂ, ਔਰ ਅਸੀਂ ਸਾਡੇ ਗੁਆਂਢੀਆਂ ਦੇ ਟਰੈਕਟਰ ਨਾਲ ਇੱਕ ਦੂਜੇ ਦੇ ਨਾਲ ਉਹਨਾਂ ਦੀ ਫਸਲ ਵੀ ਸੰਭਾਲਾਂਗੇ, ਅੱਗੇ ਉਹਨਾਂ ਦੀ ਫਸਲ ਦੀ ਬਜਾਂਦ ਵੀ ਕਰਕੇ ਦੇਵਾਂਗੇ। ਇੱਥੋਂ ਤੱਕ ਸਾਡੇ ਲੋਕਾਂ ਨੇ ਮਤਲਬ ਅੱਜ ਸਹਿਯੋਗ ਦੇਣ ਦੀ ਗੱਲ ਕੀਤੀ। 2024 ਦੇਖੋ ਸਾਡਾ ਫੈਸਲਾ ਬੜਾ ਕਲੀਅਰ ਹੈ ਕਿ ਸਾਡਾ ਅਸੀਂ ਗੈਰ ਰਾਜਨੀਤਿਕ SKM ਹੈ, ਅੰਦੋਲਨ ਗੈਰ ਰਾਜਨੀਤਿਕ ਹੈ ਅਤੇ ਗੈਰ ਰਾਜਨੀਤਿਕ ਰੱਖ ਕੇ ਹੀ ਲੜਾਂਗੇ। ਹਾਂ ਇਹ ਜ਼ਰੂਰ ਹੈ ਕੱਲ੍ਹ ਜਿਸ ਤਰ੍ਹਾਂ ਦਾ BJP ਵੱਲੋਂ ਲੋਕਾਂ ਦੇ ਨਾਲ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ, ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਕੈਪਚਰ ਕੀਤਾ, ਲੋਕਾਂ ਦੀ ਗੱਲ ਬਾਹਰ ਜਾਣ ਨੂੰ ਰੋਕਿਆ, ਔਰ ਜਿੱਡੀ ਵੱਡੀ ਪੱਧਰ ਦੇ ਉੱਤੇ ਬੈਰੀਕੇਡਿੰਗ ਕਰਕੇ ਲੋਕਾਂ ਦਾ ਇੱਕ ਆਵਾਜਾਈ ਦਾ ਜਿਹੜਾ ਰਸਤਾ ਸੀ ਉਹ ਤੋੜ ਕੇ ਰੱਖਿਆ ਹੋਇਆ ਹੈ। ਪੰਜਾਬ ਅਤੇ ਹਰਿਆਣੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕਿ ਕੋਈ ਬਾਹਰਲੇ ਮੁਲਕਾਂ ਦੀਆਂ ਸਰਹੱਦਾਂ 'ਤੇ ਅਸੀਂ ਜਾਂਦੇ ਹੋਈਏ। ਇਹ ਸਾਰੀ ਗੱਲ ਅਸੀਂ ਪੂਰੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਸਾਡਾ ਸ਼ੁਭਕਰਨ ਦੀ ਸ਼ਹਾਦਤ ਤੋਂ ਬਾਅਦ ਸ਼ੁਭਕਰਨ ਦੀਆਂ ਅਸਕਲਸ਼ ਯਾਤਰਾਵਾਂ
ਪੂਰੇ ਭਾਰਤ ਦੇ ਵਿੱਚ ਚੱਲ ਰਹੀਆਂ ਨੇ, ਜਿਨ੍ਹਾਂ ਨੂੰ ਬੜਾ ਸਹਿਯੋਗ ਭਰਪੂਰ ਪਿਆਰ ਲੋਕ ਦੇ ਰਹੇ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਸ਼ਰਧਾਂਜਲੀ ਸਮਰਪਿਤ ਕਰਨ ਵਾਲੇ ਲੋਕਾਂ ਨੇ ਵੱਡੇ ਪ੍ਰੋਗਰਾਮ ਉਹਨਾਂ ਦੇ ਸੰਬੰਧ 'ਚ ਕੀਤੇ ਜਾ ਰਹੇ ਨੇ, ਔਰ ਉਹ ਇੱਕ ਤਰ੍ਹਾਂ ਦੀ ਪੂਰੇ ਦੇਸ਼ ਦੇ ਵਿੱਚ ਜਾਗਰਤੀ ਦੀ ਮੁਹਿੰਮ ਦਾ ਕੰਮ ਇਹ ਕਰ ਰਹੇ ਨੇ, ਔਰ ਇਸੇ ਦੇ ਜ਼ਰੀਏ ਅਸੀਂ ਇਹਨਾਂ ਪੋਲੀਟੀਕਲ ਧਿਰਾਂ ਤੋਂ ਸਵਾਲ ਵੀ ਪੁੱਛਾਂਗੇ ਅੱਜ ਦੇ ਚੋਣਾਂ ਦਾ ਸਮੇਂ ਦੇ ਵਿੱਚ ਉਹ ਪਿੰਡਾਂ ਜਾਣਗੇ ਕਿ ਕੀ ਇਹ ਸ਼ੁਭ ਕਰਨ ਜਿਹੜਾ ਤੁਸੀਂ ਮਾਰਿਆ ਗੋਲੀ ਮਾਰ ਕੇ, ਇਹ ਜਿਹੜੀ ਗੱਲ ਕਹਿਣ ਚੱਲਿਆ ਸੀ ਕਿ ਮੋਦੀ ਜੀ ਤੇਰੇ ਵਾਅਦੇ ਨਹੀਂ ਸੀ ਲੋਕਾਂ ਨਾਲ, ਅਤੇ ਕੀ ਤੂੰ ਚੋਣਾਂ ਦੌਰਾਨ ਵਾਅਦੇ ਕਰਕੇ ਅਤੇ ਜੇ ਲੋਕ ਤੈਨੂੰ ਮੁੜ ਦੁਬਾਰਾ ਵਾਅਦੇ ਯਾਦ ਕਰਾਉਣ ਆ ਰਹੇ ਨੇ, ਕੀ ਫਿਰ ਤੁਸੀਂ ਅੱਗੇ ਵੀ ਲੋਕਾਂ ਨਾਲ ਇਹ ਵਰਤਾਓ ਕਰੋਗੇ, ਅੱਗੇ ਵੀ ਤੁਸੀਂ ਲੋਕਾਂ 'ਤੇ ਗੋਲੀਆਂ ਮਾਰਾ ਕਰੋਗੇ ਜਾਂ ਲੋਕਾਂ ਦੀ ਗੱਲ ਸੁਣੋਗੇ? ਇਹ ਗੱਲਾਂ ਦੇ ਸਵਾਲ ਅਸੀਂ ਉਹਨਾਂ ਤੋਂ ਪੁੱਛਣੇ ਨੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਉਹਨਾਂ ਤੋਂ ਪੁੱਛਣਗੇ। ਕਈ ਪਿੰਡਾਂ ਦੇ ਵਿੱਚ ਪੋਸਟਰ ਵੀ ਲਗਾਏ ਗਏ ਨੇ ਕਿ ਬੀਜੇਪੀ ਦਾ ਵਿਰੋਧ ਕੀਤਾ ਜਾਊਗਾ, ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਬਣਿਆ ਹੈ ਉਹ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਿਆ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਸਵਾਲ ਪੁੱਛਣੇ ਨੇ। ਅਗਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਉਹ ਦਿੰਦੀ ਲੀਡਰਸ਼ਿਪ ਭੱਜਦੀ ਆ ਸਵਾਲਾਂ ਦੇ ਜਵਾਬ ਤੋਂ, ਫਿਰ ਸੁਭਾਵਕ ਆ ਕਿ ਵਿਰੋਧ ਹੋਏਗਾ, ਫਿਰ ਕਾਲੇ ਝੰਡੇ ਨਾਲ ਵਿਰੋਧ ਵੀ ਕਰਾਂਗੇ। ਲੇਕਿਨ ਜਿਹੜੇ ਪੋਸਟਰ ਲਾਏ ਨੇ, ਪੋਸਟਰ ਅਸੀਂ ਸ਼ੁਭ ਕਰਨ ਦੀ ਵੱਡੀ ਤਸਵੀਰ ਔਰ ਉੱਪਰਲੇ ਪਾਸੇ ਲਿਖ ਕੇ ਲਾਵਾਂਗੇ ਅਸੀਂ ਕਿ ਮੇਰਾ ਕੀ ਕਸੂਰ ਸੀ, ਥੱਲੇ ਲਿਖ ਕੇ ਪਾਵਾਂਗੇ ਕਿ ਮੈਂ ਤਾਂ ਮਾਨਯੋਗ ਮੁੱਖ ਪ੍ਰਧਾਨ ਮੰਤਰੀ ਜੀ ਤੁਹਾਡੇ ਸਾਡੇ ਲੋਕਾਂ ਨਾਲ ਕੀਤੇ ਵਾਅਦੇ ਹੀ ਯਾਦ ਕਰਾਉਣ ਚੱਲਿਆ ਸੀ, ਕੀ ਤੁਸੀਂ ਆਹ ਹੇਠ ਲਿਖੇ ਵਾਅਦੇ ਸਾਡੇ ਨਾਲ ਕੀਤੇ ਨਹੀਂ? ਤਾਂ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਉਹ ਪੋਸਟਰ ਲਾਵਾਂਗੇ ਔਰ ਸਾਡਾ ਉਹ ਮੁਹਿੰਮ ਚੱਲੇਗੀ, ਪੂਰੇ ਭਾਰਤ ਦੇ ਵਿੱਚ ਉਹ ਪੋਸਟਰ ਲੱਗਣਗੇ।